ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਮੈਂ ਹਾਂ ਗਗਨਦੀਪ ਸਿੰਘ। ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਦਾ ਨਿਊਜ਼ ਪੁਆਇੰਟ, ਜਿਸ ਦੇ ਵਿੱਚ ਚਰਚਾ ਕਰਾਂਗੇ ਕੁਝ ਅਹਿਮ ਮੁੱਦਿਆਂ 'ਤੇ, ਸਿਆਸੀ ਮੁੱਦਿਆਂ 'ਤੇ ਵੀ ਕਹਿ ਸਕਦੇ ਹੋ, ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਅਤੇ ਫੇਰ ਬਦਲ ਜਿਹੜਾ ਆ ਆਗੂਆਂ ਦਾ ਚੱਲ ਰਿਹਾ, ਤੋੜ ਮਰੋੜ ਦੀ ਰਾਜਨੀਤੀ ਚੱਲ ਰਹੀ ਆ। ਉੱਥੇ ਹੀ ਮੁੱਖ ਮੰਤਰੀ ਮਾਨ ਵੱਲੋਂ ਇੱਕ ਗੀਤ ਗਾਇਆ ਜਾਂਦਾ, ਯਾਰ ਮੇਰਾ ਤਿੱਤਲੀਆਂ ਵਰਗਾ। ਸੋ ਇੱਕ ਤਾਜ਼ੀ ਤਿੱਤਲੀ ਉੱਡ ਕੇ ਦੂਸਰੇ ਬਾਗ ਦੀ ਰੌਣਕ ਬਣੀ ਹੈ, ਤਾਜ਼ੀ ਰੌਣਕ ਬਣੀ ਹੈ। ਅਤੇ ਇਸ ਮੁੱਦੇ 'ਤੇ ਮੇਰੇ ਨਾਲ ਚਰਚਾ ਕਰਨ ਲਈ, ਵਿਚਾਰ ਕਰਨ ਲਈ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ। ਵਿਵੇਕ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਕਾਕਾ। ਜਿਵੇਂ ਵਿਵੇਕ, ਮੈਂ ਹੁਣੇ ਕਿਹਾ ਕਿ ਮੁੱਖ ਮੰਤਰੀ ਮਾਨ ਸਾਹਿਬ ਇੱਕ ਗਾਣਾ ਬੋਲਦੇ ਹੁੰਦੇ ਆ, ਯਾਰ ਮੇਰਾ ਤਿੱਤਲੀਆਂ ਵਰਗਾ, ਕਦੇ ਇਸ ਫੁੱਲ 'ਤੇ ਕਦੇ ਉਸ ਫੁੱਲ 'ਤੇ। ਅਤੇ ਇੱਕ ਨਵਾਂ ਜਿਹੜਾ, ਇਸ ਦਾ ਜਵਾਬ ਵੀ ਸੁਖਪਾਲ ਸਿੰਘ ਖਹਿਰਾ ਵੱਲੋਂ ਬਖੂਬੀ ਦਿੱਤਾ ਜਾਂਦਾ ਰਿਹਾ, ਬੜਾ ਉਹਦੇ ਨਾਲ ਤਸੱਲੀ ਦੇ ਨਾਲ ਕਹਿ ਸਕਦੇ ਹਾਂ, ਤਸਦੀਕ ਕਰਕੇ ਜਵਾਬ ਦਿੱਤੇ ਜਾ ਰਹੇ ਨੇ। ਅਤੇ ਇਸ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਹੁਣੀ ਵੀ ਜਿਹੜੇ ਨੇ ਕਾਫੀ ਮਸਾਲੇ ਲਾਉਂਦੇ ਨਜ਼ਰ ਆਉਂਦੇ ਨੇ। ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਇੱਕ ਨਹੀਂ ਕਹਿ ਸਕਦੇ, ਅਹਿਮ ਖੁਲਾਸੇ ਕੀਤੇ ਗਏ ਨੇ। ਅਤੇ ਕਿਵੇਂ ਵੇਖਦੇ ਹੋ ਇਸ ਪ੍ਰੈਸ ਕਾਨਫਰੰਸ ਨੂੰ ਅਤੇ ਉਹਨਾਂ ਦੇ ਵੱਲੋਂ ਕੀਤੇ ਖੁਲਾਸਿਆਂ ਨੂੰ? ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤਿੱਤਲੀ ਬਾਗ ਦੀ ਰੌਣਕ ਬਣੀ ਆ, ਸੋ ਤਿੱਤਲੀ ਕੋਈ ਫੁੱਲਾਂ ਦਾ ਰਸ ਚੂਸ ਕੇ ਮੁੜਦੀ, ਉਸ ਤੋਂ ਪਹਿਲਾਂ ਜਿਹੜਾ ਤਿੱਤਲੀ ਦਾ ਵਿਵਾਦ ਸ਼ੁਰੂ ਹੋ ਗਿਆ ਜੀ। ਹਾਲਾਂਕਿ ਜਿਹੜੇ ਤੁਸੀਂ ਗੀਤ ਦਾ ਜ਼ਿਕਰ ਕੀਤਾ ਹੈ, ਮੁੱਖ ਮੰਤਰੀ ਸਾਹਿਬ ਨੇ ਸੁਖਪਾਲ ਖਹਿਰਾ ਦੇ ਲਈ ਗਾਇਆ ਸੀ ਜੀ। ਸੋ ਇਸ ਤੋਂ ਪਹਿਲਾਂ ਦਾ ਇਤਿਹਾਸ ਵੀ ਤੁਹਾਨੂੰ ਮੈਂ ਚੇਤੇ ਕਰਾ ਦਾਂ ਕਿ 2022 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਸੀਗੀਆਂ ਪੰਜਾਬ ਦੇ ਵਿੱਚ, ਉਦੋਂ ਵੀ ਅਰਵਿੰਦ ਕੇਜਰੀਵਾਲ ਔਰ ਰਾਘਵ ਚੱਡਾ ਔਰ ਪੰਜਾਬ ਦੇ ਵਿੱਚ ਲਗਾਤਾਰ ਐਕਟਿਵ ਸੀਗੇ, ਕਿਉਂਕਿ ਜਿਹੜੀ ਵੀ ਵੱਡੀ ਹਸਤੀ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣਾ ਹੁੰਦਾ ਸੀਗਾ, ਚਰਚਿਤ ਚਿਹਰੇ ਨੂੰ ਜਿਵੇਂ ਕੁੰਵਰ ਵਿਜੇ ਪ੍ਰਤਾਪ ਹੋ ਗਏ, ਹੋਰ ਹੋ ਗਏ ਚਿਹਰੇ, ਹੈ ਨਾ। ਹੁਣ ਬਾਈ ਇਲੈਕਸ਼ਨ ਦੇ ਵਿੱਚ ਜਦੋਂ ਰਿੰਕੂ ਉਹਨਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਸਾਕਸ਼ਾਤ ਪਹੁੰਚੇ ਸੀਗੇ, ਅਤੇ ਇਸ ਤੋਂ ਇਲਾਵਾ ਰਾਘਵ ਚੱਡਾ ਹੋਰਾਂ ਨੂੰ ਲਗਾਏ ਪੰਜਾਬ ਦਾ ਇੰਚਾਰਜ ਗਿਆ ਸੀਗਾ। ਸੋ ਉਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ, ਰਾਘਵ ਚੱਡੇ ਹੋਰਾਂ ਵੱਲੋਂ, ਜਾਂ ਫਿਰ ਇੱਧਰ ਗੱਲ ਕਰ ਲਈਏ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ, ਇਹ ਕਿਹਾ ਜਾਂਦਾ ਸੀ ਕਿ ਅਸੀਂ ਕਾਂਗਰਸ ਦਾ ਕੂੜਾ ਕਰਕਟ ਇਕੱਠਾ ਨਹੀਂ ਕਰਾਂਗੇ। ਹਾਲਾਂਕਿ ਉਹ ਗੱਲ ਦੇ ਉੱਤੇ ਕਿੰਨਾ ਕੁ ਕਾਇਮ ਰਹੇ, ਮੈਂ ਨਾਮ ਗਿਣਾ ਦਿੰਦਾ ਤੁਹਾਨੂੰ ਕੁਛ। ਕੁਲਦੀਪ ਧਾਲੀਵਾਲ ਪਹਿਲਾਂ ਕਿਹੜੀ ਪਾਰਟੀ 'ਚ ਸੀਗੇ? ਕਾਂਗਰਸ ਦੇ ਵਿੱਚ, ਉਹ ਲੋਕ ਸਭਾ ਚੋਣਾਂ ਲੜ ਚੁੱਕੇ ਨੇ, ਸੋ ਉਹ ਪਾਰਟੀ ਦੇ ਵਿੱਚ ਆਏ। ਇਸ ਤੋਂ ਇਲਾਵਾ ਇੱਧਰਲੇ ਪਾਸੇ ਆ ਜਾਓ, ਜਿਹਨਾਂ ਨੂੰ ਹੁਣ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ, ਗੁਰਦੀਪ ਸਿੰਘ, ਹੈ ਨਾ, ਖੁੱਡੀਆ ਸਾਹਿਬ ਨੂੰ, ਖੁੱਡੀਆ ਸਾਹਿਬ, ਉਹ ਕੀ ਰਹੇ? ਉਹ ਵੀ ਕਾਂਗਰਸ ਅਤੇ ਅਕਾਲੀ ਦੋਨਾਂ ਪਾਸੇ ਰਹੇ। ਇਸ ਤੋਂ ਇਲਾਵਾ ਪਠਾਨ ਮਾਜਰਾ ਦੀ ਗੱਲ ਕਰ ਲਓ, ਉਹ ਵੀ ਪਹਿਲਾਂ ਹਰ ਪਾਰਟੀ 'ਚ ਘੁੰਮ ਕੇ ਆਏ ਨੇ। ਲਾਲਜੀਤ ਭੁੱਲਰ ਹੋਰਾਂ ਦੀ ਗੱਲ ਕਰ ਲਓ, ਉਹ ਵੀ ਸਾਰੀਆਂ ਪਾਰਟੀਆਂ 'ਚ ਘੁੰਮ ਕੇ ਆਏ ਨੇ। ਫਿਰ ਸੁਸ਼ੀਲ ਰਿੰਕੂ ਹੋਣੀ ਤਾਂ ਚਲੋ ਸੀਗੇ ਹੀ ਕਾਂਗਰਸ 'ਚ, ਹੈ ਨਾ, ਉਹ ਵੀ ਆਏ ਨੇ। ਫਿਰ ਇੱਧਰਲੇ ਬੰਨੇ ਆ ਜਾਓ, ਨਾਲੇ ਸੁਸ਼ੀਲ ਰਿੰਕੂ ਦੇ ਗੁਰਪ੍ਰੀਤ ਸਿੰਘ ਜੀਪੀ ਤਾਂ ਚਲੋ ਹੁਣ ਆਏ ਨੇ, ਮੈਂ ਪੁਰਾਣਿਆਂ ਦੀ ਗੱਲ ਕਰ ਰਿਹਾ 2022 ਦੀ। ਫਿਰ ਉੱਧਰਲੇ ਪਾਸ ਬੰਨੇ ਆ ਜਾਓ, ਸ਼ੀਤਲ ਅਗਰਵਾਲ ਭਾਜਪਾ 'ਚੋਂ ਵੀ ਚੋਣ ਲੜ ਕੇ ਵਾਪਸ ਆਏ ਨੇ, ਹੈ ਨਾ। ਸੋ ਲਿਸਟ ਬਹੁਤ ਲੰਬੀ ਹੈ ਜੀ, ਲਿਸਟ ਬਹੁਤ ਲੰਬੀ ਹੈ ਜਿਹੜੇ ਪਾਰਟੀਆਂ ਛੱਡ ਛੱਡ ਕੇ ਇਹਨਾਂ ਦੇ ਕੋਲ ਸ਼ਾਮਿਲ ਹੋਏ। ਸੋ ਉਸ ਸਮੇਂ ਫਿਰ ਕੂੜੇ ਕਰਕਟ ਵਾਲੀ ਭਾਸ਼ਾ ਜਿਹੜੀ ਆ ਉਹ ਖਤਮ ਹੋ ਗਈ। ਉਸ ਤੋਂ ਬਾਅਦ ਹੁਣ ਤਿੱਤਲੀਆਂ ਦੇ ਉੱਤੇ ਆ ਜਾਂਦੇ ਆ। ਸੋ ਜਦੋਂ ਤਿੱਤਲੀਆਂ ਦਾ ਜ਼ਿਕਰ ਕੀਤਾ ਗਿਆ, ਉਸ ਤੋਂ ਬਾਅਦ ਵੀ ਜਿਹੜਾ 2 ਬੰਦੇ ਉਹ ਪਾਰਟੀ ਦੇ ਅੰਦਰ ਕਰ ਲਏ ਗਏ, ਉਹਦੇ ਵਿੱਚੋਂ ਗੁਰਪ੍ਰੀਤ ਸਿੰਘ ਜੀਪੀ ਸੀਗੇ ਅਤੇ ਦੂਸਰੇ ਰਾਜਕੁਮਾਰ ਚੱਬੇਵਾਲ ਸੀਗੇ। ਤਾਂ ਫਿਰ ਹੁਣ ਵਿਰੋਧੀਆਂ ਨੂੰ ਮੌਕਾ ਤਾਂ ਮਿਲਿਆ ਹੀ ਗਿਆ, ਕਿਉਂਕਿ ਜਿਹੜੇ ਵਿਰੋਧੀਆਂ ਨੂੰ ਤੁਸੀਂ ਕਹਿ ਰਹੇ ਹੋ, ਕਿਉਂਕਿ ਗੱਲ ਖਹਿਰੇ ਲਈ ਕਹੀ ਗਈ ਸੀ ਕਿ ਖਹਿਰੇ ਆ, ਤੂੰ ਇੱਥੇ ਹੀ ਹੈ, ਤੂੰ ਪਾਰਟੀ ਨਹੀਂ ਬਦਲੀ, ਗੱਲ ਚੱਲ ਰਹੀ ਹੈ ਕਦੀ ਕਾਂਗਰਸ 'ਚ, ਕਦੀ, ਹੈ ਨਾ, ਬੀਪੀ 'ਚ, ਕਦੀ ਕਿਸੇ 'ਚ, ਕਦੀ ਆਪਦੀ ਪਾਰਟੀ ਬਣਾ ਲਈ, ਕਦੀ ਆਮ ਆਦਮੀ ਪਾਰਟੀ 'ਚ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਸੁਖਪਾਲ ਖਹਿਰਾ ਜ਼ਿਆਦਾ ਚਰਚਾ 'ਚ ਆਏ ਸੀਗੇ ਅਤੇ ਲੀਡਰ ਆਫ ਓਪੋਜੀਸ਼ਨ ਵੀ ਲਾਇਆ ਗਿਆ ਸੀ। ਹਾਲਾਂਕਿ ਬਾਅਦ 'ਚ ਉਹਨਾਂ ਦੀ ਕੋਈ ਵਿਵਾਦ ਛਿੜੇ ਕੇਜਰੀਵਾਲ ਨਾਲ, ਭਗਵੰਤ ਮਾਨ ਨਾਲ, ਅਤੇ ਉਹਨਾਂ ਨੇ ਛੱਡੀ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਹੜਾ ਆ ਕਾਂਗਰਸ 'ਚ ਸ਼ਾਮਿਲ ਹੋ ਗਏ ਸੀਗੇ। ਚਲੋ ਹੁਣ ਆ ਜਾਂਦੇ ਆ ਅਹਿਮ ਖੁਲਾਸਿਆਂ ਦੇ ਉੱਤੇ, ਜੋ ਤੁਸੀਂ ਜ਼ਿਕਰ ਕੀਤਾ ਕਿ ਅੱਜ
ਰਾਜਕੁਮਾਰ ਚੱਬੇਵਾਲ ਉਹਨਾਂ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਾਗਜ਼ਾਂ ਸਮੇਤ ਵੱਡੇ ਖੁਲਾਸੇ ਕੀਤੇ ਗਏ ਨੇ। ਹਾਲਾਂਕਿ ਉਹ ਖੁਲਾਸੇ ਠੀਕ ਨੇ ਜਾਂ ਫਿਰ ਗਲਤ ਨੇ, ਸੱਚ ਨੇ, ਝੂਠ ਨੇ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਨੇ, ਮੈਨੂੰ ਲੱਗਦਾ ਨਹੀਂ ਗਗਨ ਕਿ ਜੇਕਰ ਅਸੀਂ ਉਹ ਇਲਜ਼ਾਮਾਂ ਨੂੰ ਅੱਖੋਂ ਪਰੋਖੇ ਕਰੀਏ ਤਾਂ ਇਹ ਵੱਡਾ ਧੋਖਾ ਹੋਏਗਾ ਪੰਜਾਬ ਦੀ ਆਵਾਮ ਦੇ ਨਾਲ, ਕਿਉਂਕਿ ਬਤੌਰ ਮੀਡੀਆ ਅਦਾਰੇ ਸਾਡਾ ਵੀ ਕੋਈ ਫਰਜ਼ ਬਣਦਾ ਹੈ ਅਤੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਦਾ ਫਰਜ਼ ਬਣਦਾ ਹੈ। ਸੋ ਜਿਹੜੀ ਗੱਲ ਕੀਤੀ ਆਪਾਂ ਬਿਕਰਮ ਮਜੀਠੀਆ ਕੁਛ ਕਾਗਜ਼ ਲੈ ਕੇ ਆਏ ਨੇ, ਉਹਨਾਂ ਦੇ ਵਿੱਚ ਜ਼ਿਕਰ ਹੈ ਕਿ ਕਿਵੇਂ ਇੱਕ ਵੱਡਾ ਘਪਲਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਲੋਕਾਂ ਦੇ ਆਏ ਪੈਸਿਆਂ ਦੇ ਵਿੱਚ ਕੀਤਾ ਗਿਆ। ਅਤੇ ਹਾਲਾਂਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਰਾਜਕੁਮਾਰ ਚੱਬੇਵਾਲ ਹੋਰੀ ਆਪਦੀ ਮਰਜ਼ੀ ਦੇ ਨਾਲ ਨਹੀਂ, ਦਬਾਅ ਹੇਠ ਜਿਹੜਾ ਨੇ ਉਹ ਪਾਰਟੀ ਛੱਡ ਕੇ ਆਏ ਨੇ। ਅਤੇ ਕਈ ਅਹਿਮ ਨਾਮ ਲਏ ਗਏ ਜਿਸ ਦੇ ਵਿੱਚ DC ਦਾ ਨਾਮ ਵੀ ਆਇਆ, ਹੋਰ ਕਈ ਅਧਿਕਾਰੀਆਂ ਦੇ ਨਾਮ ਵੀ ਆਏ, ਕਈ ਪਿੰਡਾਂ ਦੇ ਸਰਪੰਚਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਹਾਂ ਇਹ ਸਾਰੇ ਜਿਹੜਾ ਨੇ ਰਾਜਕੁਮਾਰ ਚੱਬੇਵਾਲ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਕੀਤੀ ਸੀ। ਸੋ ਕੰਪਲੇਂਟ ਦੀ ਇੱਕ ਜਿਹੜੀ ਪੂਰੀ ਰਿਪੋਰਟ ਉਹ DC ਦੇ ਵੱਲੋਂ ਤਿਆਰ ਕਰਕੇ ਦਿੱਤੀ ਗਈ ਸੀ। ਸੋ ਉਹ ਰਿਪੋਰਟ ਦਿਖਾ ਕੇ ਕਿਹਾ ਗਿਆ ਕਿ ਇਹਨਾਂ ਨੂੰ ਦਬਾਅ ਪਾਇਆ ਗਿਆ ਅਤੇ ਪਾਰਟੀ 'ਚ ਸ਼ਾਮਿਲ ਹੋ ਗਏ, ਕਿਉਂਕਿ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਲਈ ਕੋਈ ਉਮੀਦਵਾਰ ਮਿਲ ਨਹੀਂ ਰਿਹਾ ਸੀਗਾ। ਅਤੇ ਹੁਣ ਅਸੀਂ ਆ ਜਾਂਦੇ ਹਾਂ ਕਿ ਜਦੋਂ ਪਾਰਟੀ ਦੇ ਵਿੱਚ ਲੋਕਾਂ ਨੂੰ ਸ਼ਾਮਿਲ ਕਰਵਾਇਆ ਗਿਆ, ਜੇਕਰ ਆਪਾਂ ਗੱਲ ਕਰੀਏ ਸੁਸ਼ੀਲ ਰਿੰਕੂ ਹੋਰਾਂ ਦੀ ਜਾਂ ਫਿਰ ਗੁਰਪ੍ਰੀਤ ਸਿੰਘ GP ਹੋਰਾਂ ਦੀ, ਇਹ ਲੋਕਾਂ ਨੇ ਇਹਨਾਂ ਨੂੰ ਹਰਾਇਆ ਜੀ। ਸਮਝੋ ਪਹਿਲਾਂ ਇੱਕ ਗੱਲ ਕਿ ਕਾਂਗਰਸ 'ਚ ਸੀਗੇ, ਕਿਸੇ ਵੀ ਪਾਰਟੀ 'ਚ ਰਹੇ, ਤਾਂ ਤੁਹਾਡੀ ਪਾਰਟੀ ਦੇ ਆਗੂ ਨੂੰ ਜਿਤਾਇਆ ਹੈ ਅਤੇ ਇਹਨਾਂ ਨੂੰ ਹਰਾਇਆ, ਲੋਕਾਂ ਨੇ ਹਰਾਇਆ। ਤੁਸੀਂ ਲੋਕਾਂ ਦੇ ਫੈਸਲੇ ਦੇ ਕਿਤੇ ਨਾ ਕਿਤੇ ਉਲਟ ਜਾ ਰਹੇ ਹੋ। ਜੇਕਰ ਇਹ ਪਹਿਲਾਂ ਹੀ ਇਹਨੇ ਕਾਬਲ ਹੁੰਦੇ ਜਾਂ ਫਿਰ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਹੀ ਇੰਨਾ ਪਸੰਦ ਕੀਤਾ ਹੁੰਦਾ ਤਾਂ ਵਿਧਾਨ ਸਭਾ ਆਪਣੀਆਂ ਚੋਣਾਂ ਹਾਰਦੇ ਨਹੀਂ, ਬਿਲਕੁਲ ਹੈ ਨਾ। ਅਤੇ ਇਹਨਾਂ ਨੂੰ ਪਾਰਟੀ ਦੇ ਵਿੱਚ ਲਿਆਇਆ ਗਿਆ, ਕਿਤੇ ਨਾ ਕਿਤੇ ਜਿਹੜੇ ਲੋਕਾਂ ਨੇ ਤੁਹਾਡੇ ਆਗੂਆਂ ਨੂੰ ਚਾਂਸ ਦਿੱਤਾ ਆ, ਤੁਸੀਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਦਗਾ ਕਮਾ ਰਹੇ ਹੋ। ਅਤੇ ਦੂਸਰੀ ਗੱਲ ਜਿਹੜੀ ਦਬਾਅ ਦੀ ਗੱਲ ਕਰ ਰਹੇ ਆ ਜਾਂ ਫਿਰ ਜਿਹੜੀਆਂ ਸਿਚੁਏਸ਼ਨਾਂ ਦੀ ਗੱਲ ਕਰ ਰਹੇ ਆ, ਇਹ ਜਿਸ ਦਿਨ ਪਹਿਲਾਂ ਵੀ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਤਾਂ ਮੈਂ ਉਸ ਦਿਨ ਵੀ ਕਾਫੀ ਹੱਸ ਕੇ ਗੱਲ ਕਹੀ ਸੀ ਕਿ ਕਾਫੀ ਹਾਸੋਹੀਣੀ ਸਥਿਤੀ ਬਣੀ ਹੋਈ ਹੈ, ਕਿਉਂਕਿ ਵਿਧਾਨ ਸਭਾ ਕਵਰ ਮੈਂ ਖੁਦ ਕੀਤੀ ਸੀ ਜਾ ਕੇ। ਸੋ ਪਹਿਲੇ ਦਿਨ ਦਾ ਜਦੋਂ ਆਪਾਂ ਰਵੱਈਆ ਦੇਖਦੇ ਹਾਂ, ਉਦੋਂ ਵੀ ਰਾਜਕੁਮਾਰ ਚੱਬੇਵਾਲ ਜਾਂ ਫਿਰ ਪੂਰੀ ਵਿਰੋਧੀ ਧਿਰ ਦਾ ਇੱਕ ਕੰਮ ਹੁੰਦਾ ਸੀਗਾ, ਪਹਿਲੇ ਜਾ ਕੇ ਪਹਿਲੇ ਘੰਟੇ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਕਰਨੀ ਸ਼ੁਰੂ ਕਰ ਦਿਓ। ਅਤੇ ਜਿੰਦਾਬਾਦ ਮੁਰਦਾਬਾਦ ਦੇ ਵਿੱਚ ਹਮੇਸ਼ਾ ਇਹ ਚੱਲਦਾ ਹੁੰਦਾ ਕਿ ਕੌਣ ਬੜਾ ਦੱਬ ਕੇ ਜਿੰਦਾਬਾਦ ਮੁਰਦਾਬਾਦ ਬੋਲ ਰਿਹਾ ਹੈ ਨਾ। ਸੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਫੇਮਸ ਨੇ, ਜਦੋਂ ਸਟੇਜ 'ਤੇ ਜਾਂਦੇ ਆ ਤਾਂ ਉਦੋਂ ਜਕਾਰੇ ਛਿੜਾਉਂਦੇ ਆ, ਬੋਲੇ ਸੋਹਣੇ ਹਾਲ ਹੈ ਨਾ। ਅਤੇ ਜਦੋਂ ਫਿਰ ਵਿਧਾਨ ਸਭਾ ਪ੍ਰੋਟੈਸਟਾਂ 'ਚ ਜਾਂਦੇ ਆ ਤਾਂ ਫਿਰ ਉੱਥੇ ਜਿੰਦਾਬਾਦ ਮੁਰਦਾਬਾਦ ਚੱਲਦਾ ਹੈ ਨਾ। ਸੋ ਉਸ ਸਮੇਂ ਵੀ ਉਸ ਕਤਾਰ ਦੇ ਵਿੱਚ ਰਾਜਕੁਮਾਰ ਚੱਬੇਵਾਲ ਸਭ ਤੋਂ ਮੋਹਰੇ ਸੀਗੇ। ਤੋ ਰਾਜਕੁਮਾਰ ਚੱਬੇਵਾਲ ਇਹ ਵਾਲਾ ਜਿਹੜਾ ਸੈਸ਼ਨ ਹੋਇਆ, ਬਜਟ ਸੈਸ਼ਨ ਹੋਇਆ, ਉਸ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾਵਾਂ 'ਚ ਕਿਉਂ ਰਹੇ, ਉਹਦੇ ਵੀ ਦੋ ਤਿੰਨ ਕਾਰਨ ਨੇ। ਮੁੱਖ ਮੰਤਰੀ ਸਾਹਿਬ ਜਿੰਦਾ ਲੈ ਕੇ ਆਏ ਜੀ, ਅਤੇ ਇਹ ਸੰਗਲ ਲੈ ਕੇ ਪਹੁੰਚ ਗਏ ਜੀ, ਬਿਲਕੁਲ। ਸਭ ਤੋਂ ਪਹਿਲਾਂ ਤਾਂ ਇਹੀ ਸੀਗਾ। ਸੋ ਉਸ ਤੋਂ ਬਾਅਦ ਦੂਸਰੇ ਤੀਸਰੇ ਦਿਨ ਦਾ ਸਿਨੇਰੀਓ ਇਹ ਸੀਗਾ ਕਿ ਇੱਕ ਕੋਟਲੀ ਸਾਹਿਬ ਨੇ ਆਦਮਪੁਰ ਤੋਂ ਜਿਹੜੇ ਵਿਧਾਇਕ ਨੇ, ਉਹਨਾਂ ਨੇ ਦਲਿਤ ਉਪ ਮੁੱਖ ਮੰਤਰੀ ਨੂੰ ਲੈ ਕੇ ਜਦੋਂ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹਨੂੰ ਜੁੱਤੀ ਸੰਘਾਓ, ਇਹਨੂੰ ਦੌਰਾ ਪੈਂਦਾ। ਸੋ ਉਹਦਾ ਕਾਫੀ ਵਿਵਾਦ ਛਿੜਿਆ। ਸੋ ਇੱਧਰ ਉਹ ਪੂਰੀ ਕਾਂਗਰਸ ਧਰਨੇ 'ਤੇ ਬੈਠੀ ਹੋਈ ਸੀ ਅਤੇ ਉੱਧਰੋਂ ਆਪ ਆਗੂ ਲਗਾਤਾਰ ਆ ਰਹੇ ਸੀਗੇ। ਸੋ ਇੰਨੇ 'ਤੇ ਕੀ ਹੋਇਆ, ਚੇਤਨ ਸਿੰਘ ਜੋੜਾ ਮਾਜਰਾ ਆਪਣੀ ਗੱਡੀ 'ਚੋਂ ਉਤਰਦੇ ਨੇ ਅਤੇ ਮੀਡੀਆ ਦੁਆਰਾ ਘੇਰ ਲੈਂਦਾ ਉਹਨਾਂ ਨੂੰ ਕਿ ਕਾਂਗਰਸ ਧਰਨਾ ਦੇ ਰਹੀ ਆ, ਇਹ ਕਰ ਰਹੀ ਆ, ਉਹ ਕਰ ਰਹੀ ਆ। ਪਿੱਛੋਂ ਆਉਂਦੇ ਨੇ ਰਾਜਕੁਮਾਰ ਚੱਬੇਵਾਲ ਸਿਰ 'ਤੇ ਕਰਜ਼ੇ ਦੀ ਪੰਡ ਲੈ ਕੇ, ਬਿਲਕੁਲ। ਅਤੇ ਕਹਿੰਦੇ ਨੇ ਲਾਓ ਇਹਨੂੰ, ਕਹਿੰਦੇ ਮੈਂ ਹਰਪਾਲ ਸਿੰਘ ਚੀਮਾ ਦੇ ਕੋਲ ਜਾ ਕੇ ਸੁੱਟੂੰਗਾ ਕਰਜ਼ੇ ਦੀ ਪੰਡ, ਇਹ ਕਰੂੰਗਾ ਉਹ ਕਰੂੰਗਾ। ਅਤੇ ਫਿਰ ਹੋਇਆ ਕਿ ਮੁੱਖ ਮੰਤਰੀ ਨੂੰ ਵੀ ਕਹੂੰਗਾ ਅਤੇ ਦੋ ਚਾਰ ਦਿਨ ਨਹੀਂ ਨਿਕਲੇ ਅਤੇ ਖਬਰ ਕੀ ਆਈ, ਜਿਹੜੇ ਮੁੱਖ ਮੰਤਰੀ ਦੇ ਖਿਲਾਫ਼ ਤੁਸੀਂ ਮੁਰਦਾਬਾਦ ਬੋਲ ਰਹੇ ਸੀ, ਜਿਹਦੇ ਮੁਰਲੇ ਆ ਕੇ ਪੰਡ ਸੁੱਟਣੀ ਸੀ, ਉਹ ਤੁਹਾਡੇ ਗਲੇ 'ਚ ਸਰੋਪੇ ਪਾ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਵਿੱਤ ਮੰਤਰੀ ਨੂੰ ਕਹਿ ਰਹੇ ਸੀਗੇ ਕਿ ਕਰਜ਼ਾ ਲਾ ਨਹੀਂ ਸਕਿਆ, ਇਹ ਕਰ ਰਿਹਾ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਕੀ ਕਹਿ ਰਹੇ ਸੀਗੇ?
ਜੀ ਬਿਲਕੁਲ, ਪੱਤਰਕਾਰ ਵੱਲੋਂ ਸਵਾਲ ਇਹ ਕੀਤਾ ਗਿਆ ਕਿ ਤੁਸੀਂ ਗੱਲ ਆਪਣੇ ਗੱਲ ਦੇ ਵਿੱਚ ਸੰਗਲ ਪਾ ਲਿਆ ਜਾਂ ਕੀ ਉਹ ਪਰਜ ਜਿਹੜੀ ਕਰਜ਼ੇ ਦੀ ਪੰਡ ਆ ਉਹ ਖਤਮ ਹੋ ਗਈ ਆ, ਤਾਂ ਕੁਛ ਵਾਕਈ ਉਹ ਗੱਲ ਵਿਵੇਕ ਹਾਸੋਹੀਣੀ ਜੀ ਲੱਗਦੀ ਹੈ ਕਿ ਕਿਵੇਂ ਇੱਕ ਬੰਦਾ ਦਾਲ ਬਦਲ ਕੇ ਕਿਵੇਂ ਉਹਦੇ ਵਿਚਾਰ ਬਦਲੇ ਜਾ ਸਕਦੇ। ਤੁਸੀਂ ਦੇਖੋ ਕਿ ਉਹੀ ਵਿੱਤ ਮੰਤਰੀ ਦੀ ਫਿਰ ਤਾਰੀਫ ਵੀ ਕੀਤੀ ਕਿ ਬਹੁਤ ਵਧੀਆ ਵਿੱਤ ਚਲਾ ਰਹੇ ਨੇ, ਮੈਂ ਕਰਜ਼ਾ ਲੈ ਕੇ ਤਾਂ ਗਿਆ, ਪੰਡ ਲੈ ਕੇ ਤਾਂ ਗਿਆ, ਇਹ ਕਰਜ਼ਾ ਇਹਨਾਂ ਨੇ ਲੋਕਾਂ ਦੀ ਭਲਾਈ ਦੇ ਲਈ ਚੱਕਿਆ, ਹਾਲਾਂਕਿ ਹੌਲੀ ਹੌਲੀ ਵਾਪਸ ਕਰਾਂਗੇ, ਮੇਰਾ ਮੁੱਦਾ ਬਦਲਿਆ ਨਹੀਂ ਮੈਂ ਉਹ। ਫਿਰ ਇੱਧਰੋਂ ਮੀਤ ਹੇਅਰ ਸਾਹਿਬ ਸ਼ੁਰੂ ਹੋ ਗਏ ਕਿ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ, ਕਿਸੇ ਵੀ ਗੱਲ ਨੂੰ ਲੈ ਕੇ ਵਿਰੋਧ ਕਰਨ, ਵਿਰੋਧ ਤਾਂ ਕਰਨਗੇ ਹੀ, ਇਹ ਬੋਲ ਨਹੀਂ ਸਕਦੇ ਸਾਨੂੰ ਕਿ ਤੁਸੀਂ ਸਹੀ ਕੀਤਾ ਜਾਂ ਗਲਤ ਕੀਤਾ, ਹੈ ਨਾ। ਫਿਰ ਕਹਿੰਦੇ ਕੰਟੀਨ 'ਚ ਬੈਠ ਕੇ ਜਦੋਂ ਚਾਹ ਪੀਂਦੇ ਨੇ ਉਦੋਂ ਫਿਰ ਸਾਡੀ ਤਾਰੀਫ ਕਰਦੇ ਨੇ। ਵਿਵੇਕ ਇਸ ਚੀਜ਼ ਦਾ ਹੋਰ ਹੱਸਦਾ ਕਿ ਜਦੋਂ ਸਵਾਲ ਕੀਤਾ ਸੀ ਪੱਤਰਕਾਰ ਨੇ ਤਾਂ ਕਿਤੇ ਨਾ ਕਿਤੇ ਮੀਤ ਹੇਅਰ ਨੀਵੀ ਪਾ ਕੇ ਹੱਸਦੇ ਜ਼ਰੂਰ ਨਜ਼ਰ ਆਏ ਸੀ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ, ਕਿਉਂਕਿ ਕਈ ਕਈ ਬੰਦਿਆਂ ਦੀ ਆਦਤ ਹੁੰਦੀ ਹੈ, ਹੁਣ ਮੇਰੀ ਵੀ ਆਦਤ ਇਹੀ ਜਿਹੀ ਹੈ ਕਿ ਜਦੋਂ ਮੈਂ ਝੂਠ ਬੋਲਾਂ ਤਾਂ ਮੇਰਾ ਹਾਸਾ ਆਟੋਮੈਟਿਕਲੀ ਨਿਕਲ ਜਾਂਦਾ ਹੈ ਜੀ ਬਿਲਕੁਲ, ਅਤੇ ਫਿਰ ਮਤਲਬ ਸਾਹਮਣੇ ਵਾਲਾ ਫੜ ਲੈਂਦਾ ਕਿ ਹਾਂ ਭਾਈ ਇਹ ਗੱਲ ਇਹਨੇ ਝੂਠ ਬੋਲੀ ਹੈ, ਕਿਉਂਕਿ ਇਹਨੂੰ ਹਾਸਾ ਆਉਣ ਲੱਗ ਗਿਆ। ਚਲੋ ਉਹ ਖੈਰ ਹਾਲ ਪਰੇ ਰਹੀ ਗੱਲ, ਅਤੇ ਆਪਾਂ ਆਉਂਦੇ ਹਾਂ ਰਾਜਕੁਮਾਰ ਚੱਬੇ ਆਲੋ ਰਾਤ ਦੇ ਉੱਤੇ, ਅਤੇ ਹੁਣ ਜੋ ਖੁਲਾਸੇ ਹੋਏ ਨੇ ਇਹਨਾਂ ਦੀ ਜਾਂਚ ਬਿਲਕੁਲ ਬਣਦੀ ਹੈ, ਕਿਉਂਕਿ ਜੇ ਇਹ ਚੀਜ਼ ਹੋਈ ਹੈ ਤਾਂ ਇਹਦੀ ਜਾਂਚ ਜ਼ਰੂਰ ਹੋਵੇ। ਪਰ ਜੋ ਇਤਿਹਾਸ ਹੁਣ ਤੱਕ ਰਿਹਾ, ਮੈਂ ਕੁਛ ਸਵਾਲ ਲੈ ਕੇ ਆਇਆ ਤੁਹਾਡੇ ਕੋਲ, ਮੈਨੂੰ ਲੱਗਦਾ ਕਿ ਤੁਸੀਂ ਵੀ ਬਤੌਰ ਪੱਤਰਕਾਰ ਇਹਨਾਂ ਚੀਜ਼ਾਂ 'ਤੇ ਨਿਗਾਹ ਰੱਖੀ ਹੋਣੀ ਹੈ ਕਿ ਸਭ ਤੋਂ ਪਹਿਲਾ ਮਾਮਲਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ, ਫਿਰ ਇੱਕ ਦਿਨ ਅਚਾਨਕ ਹੀ ਖਬਰ ਆ ਜਾਂਦੀ ਹੈ, ਹੈ ਨਾ, ਕਿ ਅਸੀਂ ਸਾਰੇ ਤਾਂ ਬੈਠੇ ਹੋਏ ਸੀ, 11-12 ਵਜੇ ਅਚਾਨਕ ਹੀ ਖਬਰ ਆ ਗਈ 1:30 ਵਜੇ ਤੋਂ ਬਾਅਦ ਕਿ ਇੱਕ ਮੰਤਰੀ ਦੇ ਉੱਤੇ ਵੱਡਾ ਐਕਸ਼ਨ, ਚੰਦ ਮਿੰਟਾਂ ਦੇ ਵਿੱਚ ਅਸੀਂ ਨਾਮ ਕਰਾਂਗੇ ਜਨਤਕ, ਮੁੱਖ ਮੰਤਰੀ ਸਾਹਿਬ ਆਪ ਨਾਮ ਕਰਨਗੇ ਜਨਤਕ। ਚਲੋ ਸਾਰੇ ਮੀਡੀਆ ਦਾਰੇ ਕੰਮ ਤੇ ਲੱਗ ਗਏ, ਆਮ ਆਦਮੀ ਪਾਰਟੀ ਦੇ ਇੱਕ ਵੱਡੇ ਮੰਤਰੀ ਦੇ ਉੱਤੇ ਐਕਸ਼ਨ ਹੋ ਗਿਆ, ਪਾਰਟੀ ਚੋਂ ਕੱਢਿਆ ਜਾ ਸਕਦਾ ਹੈ, ਇਹ ਕਰਿਆ ਜਾ ਸਕਦਾ, ਉਹ ਕਰਿਆ ਜਾ ਸਕਦਾ, ਫਿਰ ਮੁੱਖ ਮੰਤਰੀ ਸਾਹਿਬ ਆਉਂਦੇ ਨੇ, ਹੈ ਨਾ, ਬੈਠਦੇ ਨੇ, ਮੈਂ ਛੱਡੂੰਗਾ ਕਿਸੇ ਨੂੰ ਨਹੀਂ, ਲੋਕਾਂ ਦਾ ਪੈਸਾ ਲੋਕਾਂ 'ਤੇ ਜਾਣਾ ਚਾਹੀਦਾ ਹੈ, ਮੈਂ ਵਿਜੇ ਸਿੰਗਲਾ ਉਹਨਾਂ ਨੂੰ ਨਾਮ ਲਿਆ ਮੰਤਰੀ ਮੰਡਲ 'ਚੋਂ ਕੱਢਦਾ, ਮੰਤਰੀ ਮੰਡਲ 'ਚੋਂ ਕੱਢਦਾ ਅਤੇ ਪਾਰਟੀ 'ਚ ਰੱਖਦਾ। ਉਸ ਤੋਂ ਬਾਅਦ ਉਹ ਕੇਸ ਗਿਆ ਕਿੱਥੇ, ਕਿੰਨੇ ਰੁਪਏ ਕਮਿਸ਼ਨ ਮੰਗੀ ਗਈ, ਕਿੰਨੀ ਕਮਿਸ਼ਨ ਲੈ ਲਈ ਸੀ, ਕਿੰਨੀ ਲੈਣੀ ਸੀ, ਹੈ ਵੇਰਵਾ ਤੁਹਾਡੇ ਕੋਲ? ਇਸ ਟਾਈਮ ਮੈਂ ਵੇਰਵਾ ਤਾਂ ਲੈ ਕੇ ਨਹੀਂ ਬੈਠਾ, ਪਰ ਨਹੀਂ ਲੈ ਕੇ ਤਾਂ ਬੈਠੂਗੇ ਜੇ ਹੋਏਗਾ ਜੀ ਬਿਲਕੁਲ, ਕਿਉਂਕਿ ਹੋਏ ਨਹੀਂ ਜਨਤਕ ਹਜੇ ਤੱਕ, ਕਿਉਂਕਿ ਉਹ ਚੀਜ਼ਾਂ ਲੁਕਾ ਦਿੱਤੀਆਂ ਗਈਆਂ ਮੌਕੇ ਤਾਂ ਭਾਈ ਸਾਹਿਬ ਆਪਣੀ ਸਰਕਾਰ ਦੇ ਉਹਨਾਂ ਦੇ ਮੰਤਰੀ ਸੀਗੇ, ਆਪਣੇ ਨੇਤਾ ਸੀਗੇ। ਉਸ ਤੋਂ ਬਾਅਦ ਅਸੀਂ ਅਗਲੇ ਮੁੱਦੇ ਤੇ ਆ ਜਾਂਦੇ ਹਾਂ, ਹੈ ਨਾ। ਫਿਰ ਆ ਜਾਓ ਜੀ ਕਿ ਇੱਕ ਦਿਨ ਅਸੀਂ ਖੁਲਾਸਾ ਹੋ ਗਿਆ, ਚਰਨਜੀਤ ਚੰਨੀ ਨੇ ਖਿਡਾਰੀ ਤੋਂ ਮੰਗੇ ਸੀ 2 ਕਰੋੜ ਰੁਪਏ, ਦੂਸਰੇ ਦਿਨ ਖਿਡਾਰੀ ਉਹਦਾ ਪਿਤਾ ਬੈਠਾ ਸੀ, ਖਿਡਾਰੀ ਦੇ 2 ਕਰੋੜ ਰੁਪਏ ਵਾਪਸ ਹੋ ਗਏ, ਖਿਡਾਰੀ ਨੂੰ ਨੌਕਰੀ ਮਿਲ ਗਈ, ਖਿਡਾਰੀ ਹੈ ਕਿੱਥੇ ਅੱਜ? ਬਿਲਕੁਲ ਸਵਾਲ ਬਣਦਾ, ਸਵਾਲ ਬਣਦਾ। ਇਹੀ ਚੀਜ਼ ਵਿਵੇਕ ਮੈਂ ਇਸ ਚੀਜ਼ ਤੇ ਤੁਹਾਨੂੰ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਸੁਣੋ, ਪੰਜਾਬ ਦੇ ਵਿੱਚ ਬਹੁਤ ਚਰਚਾ 'ਚ ਰਹਿੰਦਾ ਹੈ ਕਿ ਗਵਰਨਰ ਬਨਾਮ ਪੰਜਾਬ ਸਰਕਾਰ, ਗਵਰਨਰ ਬਨਾਮ ਪੰਜਾਬ ਸਰਕਾਰ, ਇਹ ਵਿਵਾਦ ਸ਼ੁਰੂ ਕਦੋਂ ਹੋਇਆ ਮੈਂ ਤੁਹਾਤੋਂ ਪੁੱਛੂੰਗਾ। ਇਹ ਵਿਵਾਦ ਸ਼ੁਰੂ 2022 'ਚ ਹੋਇਆ, ਜਦੋਂ ਇੱਕ ਦਿਨ ਅਚਾਨਕ ਤੜਕੇ ਪੂਰੀ, ਹੈ ਨਾ, ਵੱਡੇ ਆਗੂ ਜਿਹੜੇ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ, ਸੰਧਵਾ ਸਾਹਿਬ ਹੋਰੀ, ਇਹ DGP ਕੋਲ ਜਾਂਦੇ ਨੇ, DGP ਕੋਲ ਚਿੱਠੀ ਦਿੰਦੇ ਨੇ, ਅਤੇ ਬਾਹਰ ਆ ਕੇ ਖੁਲਾਸਾ ਕਰਦੇ ਨੇ ਕਿ ਸਾਡੇ 10 MLAs ਨੂੰ ਫੋਨ ਆ ਗਿਆ ਕਿ 25-25 ਕਰੋੜ ਰੁਪਈਆ ਦੇਵਾਂਗੇ, ਆਮ ਆਦਮੀ ਪਾਰਟੀ ਨੂੰ ਛੱਡੋ ਸਾਡੇ ਕੋਲ ਆ ਜਾਓ। ਫਿਰ ਪੱਤਰਕਾਰ ਇੱਕ ਵੀਰ ਨੇ ਪੁੱਛਿਆ ਸੀਗਾ ਕਿ ਕਿਹਦਾ ਫੋਨ ਆਇਆ, ਕਹਿੰਦੇ ਤਾਂ ਜਾਂਚ ਦਾ ਵਿਸ਼ਾ ਹੈ। ਫਿਰ ਕਹਿੰਦੇ ਅਸੀਂ ਵਿਧਾਨ ਸਭਾ ਸੈਸ਼ਨ ਲੈ ਬੁਲਾਉਣਾ ਹੈ, ਫਿਰ ਅਸੀਂ ਭਰੋਸਗੀ ਮਤਾ ਪਾਉਣਾ, ਰਾਜਪਾਲ ਨੇ ਮਨਾ ਕਰਤਾ ਕਿ ਤੁਸੀਂ ਸੈਸ਼ਨ ਬੁਲਾਈ ਨਹੀਂ ਸਕਦੇ, ਤੁਸੀਂ ਸੈਸ਼ਨ ਤਾਂ ਬੁਲਾਓ, ਪੈਸਾ ਤਾਂ ਖਰਚੋ ਜੇ ਇਹਦੇ ਵਿੱਚ ਕੋਈ ਮੁੱਦੇ ਹੋਣ। ਫਿਰ ਇਹਨਾਂ ਨੇ ਵਿੱਚ 2 ਮੁੱਦੇ ਪਾਏ ਪਰਾਲੀਆਂ ਦੇ, ਜਿਹੜਾ ਫਿਰ ਪਰਾਲੀਆਂ ਦਾ ਮੁੱਦਾ ਪਾ ਕੇ 2 ਦਿਨ ਦਾ ਸੈਸ਼ਨ ਬੁਲਾਇਆ ਗਿਆ, ਭਰੋਸਗੀ ਮਤਾ ਪਾਇਆ ਅਤੇ ਚਲੇ ਗਏ, ਭਰੋਸਗੀ ਮਤਾ ਪਾਇਆ ਗਿਆ ਇਹਦੇ ਕੋਲੋਂ।
ਵਿਰੋਧੀ ਤਾਂ ਜਿਹੜੇ ਨੇ ਖਿੱਚ ਧੂ ਕੇ 20-22 ਨੇ ਜੀ ਬਿਲਕੁਲ, ਬਾਕੀ 92 ਤਾਂ ਤੁਸੀਂ ਹੋ ਬਿਲਕੁਲ ਬਿਲਕੁਲ, ਤੇ ਭਰੋਸ ਕੀਮਤ ਤਾਂ ਓਬਵੀਅਸਲੀ ਪੈਣਾ ਜੇ ਤੁਹਾਡੇ 5 ਵੀ ਮਨਾ ਕਰ ਦੇਣ ਬਹੁਮਤ 'ਚ ਤਾਂ ਤੁਸੀਂ ਹੋ ਜੀ, ਮੈਂ ਕਹਿੰਦਾ 20 ਵੀ ਮਨਾ ਕਰ ਦੇਣ ਤਾਂ ਵੀ ਬਹੁਮਤ 'ਚ ਤੁਸੀਂ ਹੋ, ਹੈਨਾ 60 ਦਾ ਬਹੁਮਤ ਚਾਹੀਦਾ ਹੈ ਪੰਜਾਬ ਦੇ ਵਿੱਚ, ਤੇ 92 ਹੋ ਤੁਸੀਂ ਜੀ ਬਿਲਕੁਲ, ਜੇ 20 ਵੀ ਨਿਕਲ ਜਾਣ ਤਾਂ 72 ਦਾ ਬਚੇ ਬਚਦੇ ਬਿਲਕੁਲ, ਤੇ ਫਿਰ ਭਰੋਸ ਕੀਮਤ ਆ ਕਿਹੜਾ ਪੈਣਾ ਸੀਗਾ। ਮੈਂ ਕਹਿੰਦਾ ਜਿਹੜੇ 10 ਬੰਦਿਆਂ ਨੂੰ ਖਰੀਦਣ ਦੀ ਗੱਲ ਕੀਤੀ ਗਈ ਸੀ ਜੋ ਵਿਕ ਵੀ ਜਾਂਦੇ ਉਹ ਨਾ ਵੀ ਵੋਟ ਪਾਉਂਦੇ, ਭਰੋਸ ਕੀਮਤ ਤਾਂ ਪਿਆ ਹੀ ਸੀਗਾ, ਭਰੋਸ ਕੀਮਤ ਪਾਉਣ ਦੀ ਲੋੜ ਕੀ ਸੀ। ਸੋ ਗਵਰਨਰ ਨੇ ਜਦੋਂ ਮਨਾ ਕੀਤਾ ਫਿਰ ਵਿਵਾਦ ਛਿੜ ਗਿਆ ਕਿ ਸਾਨੂੰ ਤਾਂ ਸੁਪਰੀਮ ਕੋਰਟ ਤੋਂ ਲੈ ਕੇ ਆਉਣਾ ਪੈਂਦਾ, ਫਿਰ ਗਵਰਨਰ ਸਾਹਿਬ ਵੀ ਨਹੀਂ ਰੁਕੇ, ਗਵਰਨਰ ਸਾਹਿਬ ਨੇ ਇੱਕ ਤੋਂ ਬਾਅਦ ਇੱਕ ਸੈਸ਼ਨਾਂ ਦੇ ਉੱਤੇ ਹਰਾ ਪੈਨ ਚਲਾਉਣ ਤੋਂ ਰੋਕ ਦਿੱਤਾ। ਸੋ ਅੱਜ ਤੱਕ ਤੁਹਾਡੇ ਕੋਲ ਕਦੀ ਖੁਲਾਸਾ ਹੋਇਆ ਕਿ ਉਹ ਮੰਤਰੀ ਕਿਹੜੇ ਸੀਗੇ ਜਿਹਨਾਂ ਨੂੰ ਖਰੀਦਣ ਦੀ ਗੱਲ ਕੀਤੀ ਗਈ ਸੀ 10 MLA ਨੂੰ, ਤੇ ਕਿਹੜੇ ਉਹ ਬੰਦੇ ਸੀਗੇ ਜਿਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ, ਕਿਹੜੇ ਨੰਬਰ ਤੋਂ ਫੋਨ ਆਏ? ਬਿਲਕੁਲ ਖੁਲਾਸਾ ਹੋਇਆ। ਹਾਲਾਂਕਿ ਜਿਵੇਂ ਆ ਪਿੱਛੇ ਜਿਹੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਇੱਕ ਕਾਲ ਆਉਂਦੀ ਹੈ, ਰੰਗਦਾਰੀ ਦੀ ਮੰਗ ਕੀਤੀ ਜਾਂਦੀ ਹੈ, ਉਹ ਵੀ ਜਨਤਕ ਕਰਦੇ ਨੇ ਨੰਬਰ, ਇੱਕ ਰਿਪੋਰਟ ਦਿੰਦੇ ਨੇ ਥਾਣੇ ਦੇ ਵਿੱਚ, ਲਿਖਤੀ ਰਿਪੋਰਟ ਦਿੰਦੇ ਨੇ, ਨੰਬਰ ਬਕਾਇਦਾ ਦਿੱਤਾ ਜਾਂਦਾ ਕਿ ਮੈਨੂੰ ਇਸ ਨਾਮ ਤੋਂ ਫੋਨ ਆਉਂਦਾ ਹੈ, ਇਹ ਨੰਬਰ ਤੋਂ ਫੋਨ ਆਉਂਦਾ। ਪਰ ਜੇ ਉਹਨਾਂ ਮੰਤਰੀਆਂ ਨੂੰ, ਉਹਨਾਂ ਵਿਧਾਇਕਾਂ ਨੂੰ ਫੋਨ ਆਏ ਨੇ, ਕੋਈ ਨਾ ਕੋਈ ਨੰਬਰ ਤਾਂ ਅਕਸਰ ਹੋਏਗਾ ਹੀ, ਕੋਈ ਨਾ ਕੋਈ ਬੰਦੇ ਨੇ ਨਾਮ ਤਾਂ ਲਿਆ ਹੀ ਹੋਏਗਾ। ਗਗਨ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਜਾਬ ਦੇ ਵਿੱਚ ਮੁੱਦੇ ਨੇ। ਤੁਸੀਂ ਇਹ ਦੇਖੋ ਕਿ ਕੋਈ ਵੀ ਵੱਡਾ ਕੰਮ ਹੋ ਜਾਂਦਾ ਪੰਜਾਬ ਦੇ ਵਿੱਚ, ਕੋਈ ਵਿਵਾਦ ਛਿੜ ਜਾਂਦਾ ਹੈ, ਤਾਂ ਇਸ ਤੋਂ ਬਾਅਦ ਇੱਕ ਹੋਰ ਛੱਡੀ ਗਈ ਗੱਲ ਕਿ ਘੋੜੇ, ਅਰਬੀ ਘੋੜੇ ਸੁਰੱਖਿਆ ਲਈ ਦਿੱਤੇ ਸੀਗੇ, ਅਰਬੀ ਘੋੜੇ ਕਿੱਥੇ ਨੇ? ਮੈਂ ਇੰਨੇ ਦਿਨ ਦਾ ਸਮਾਂ ਦਿੰਦਾ, ਮੈਨੂੰ ਦੱਸ ਦਿਓ, ਨਹੀਂ ਤਾਂ ਫਿਰ ਮੈਂ ਦੱਸੂਗਾ। ਉਸ ਤੋਂ ਬਾਅਦ ਦੱਸਿਆ, ਚਲੋ ਅਸੀਂ ਮੰਨਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਜ਼ਰੂਰ ਕਿ ਘੋੜੇ ਉੱਥੇ ਪਏ ਨੇ, ਅੱਗੇ ਘੋੜੇ ਵਾਪਸ ਆਏ? ਘੋੜੇ ਤਾਂ ਉੱਥੇ ਦੇ ਉੱਥੇ ਹੀ ਨੇ। ਉਸ ਤੋਂ ਬਾਅਦ ਹੁਣ ਦੀ ਗੱਲ ਕਰ ਲੈਂਦੇ ਹਾਂ ਕਿ ਇੱਕ ਹੋਟਲ ਹੈ, ਆਹ ਇੰਨੇ ਦਾ ਕਰਜ਼ਾ, ਯੇ ਵੋ ਖੁਲਾਸਾ ਕਰਤਾ ਕਿ, ਹਨਾ, ਸੈਸ਼ਨ ਦੇ ਪਹਿਲਾਂ, ਤਾਂ ਕਿ ਕੋਈ ਹੋਰ ਹੋ ਜਾਵੇ, ਮੀਡੀਆ ਇੱਧਰ ਨੂੰ ਹੋ ਜਾਵੇ ਸਾਰਾ। ਕਾਰਵਾਈ ਹੋਣੀ ਚਾਹੀਦੀ ਸੀ, ਖੁਲਾਸੇ ਨਹੀਂ। ਹੁਣ ਜ਼ਿਆਦਾ ਤੋਂ ਜ਼ਿਆਦਾ ਹੋਏਗਾ ਕਿ ਅਦਾਲਤ ਦਾ ਰੁੱਖ ਕਰਨਗੇ, ਸਾਹਮਣੇ ਵਾਲੀ ਪਾਰਟੀ ਸਟੇਅ ਲੈ ਲਏਗੀ, ਅਗਲੀ ਨੇ 3 ਸਾਲ ਸਟੇਅ ਲਈ, ਤੁਹਾਡੀ ਸਰਕਾਰ ਬਦਲ ਜਾਵੇ। ਫਿਰ ਬਿਲਕੁਲ ਮੁੱਦਾ ਤਾਂ ਰਹਿ ਗਿਆ ਪੰਜਾਬ ਦਾ, ਬਿਲਕੁਲ ਲੋਕਾਂ ਨੂੰ ਪਤਾ ਹੈ, ਲੋਕਾਂ ਨੂੰ ਨਹੀਂ ਪਤਾ, ਲੋਕਾਂ ਬਾਰੇ ਸਭ ਕੁਝ ਪਤਾ, ਫਿਰ ਵੀ ਲੋਕ ਆ ਰਹੇ ਨੇ ਨਾ ਸੱਤਾ ਦੇ ਵਿੱਚ, ਸੋ ਉਹਦਾ ਖੁਲਾਸਾ ਤਾਂ ਹੋਵੇ। ਇਸ ਤੋਂ ਬਾਅਦ ਫਿਰ ਇਹਨਾਂ ਦੇ ਕੁਧਰ ਬਠਿੰਡੇ ਵਾਲੇ ਪਾਸਿਓਂ ਅਮਿਤ ਰਤਨ ਉਹ ਫਸੇ, ਉਹਨਾਂ ਦਾ ਵੀ ਨਹੀਂ ਅੱਜ ਤੱਕ ਪਤਾ ਲੱਗਾ ਕਿ ਰਿਸ਼ਵਤ ਲੈਣ ਦੇ ਸਰਪੰਚ ਨੇ ਇਲਜ਼ਾਮ ਲਗਾਏ ਸੀ, 5 ਲੱਖ ਰੁਪਈਆ ਵੀ ਕਹਿੰਦੇ ਮਿਲਿਆ ਕੋਲੋਂ, ਉਹ ਫਿਰ ਕਿੱਧਰ ਪਾਸੇ ਗਿਆ, ਕਿਸ ਚੀਜ਼ ਲਈ ਮੰਗੇ ਗਏ ਸੀ, ਕੀ ਹੋਇਆ ਕੀ ਨਹੀਂ ਹੋਇਆ, ਉਹ ਵੀ ਗੱਲ ਛੱਡ ਦਿਉ। ਫਿਰ ਲੋਕ ਉਹ ਜਿਹੜਾ ਨੇ ਤੁਹਾਡੇ ਆਪਣੇ ਪਾਰਟੀ ਦੇ ਵਿੱਚ ਵੀ ਨੇ, ਅਤੇ ਹੋਰ ਪਾਸਿਓਂ ਤੁਸੀਂ ਹੋਰ ਵੀ ਲੋਕ ਜੋੜੀ ਜਾ ਰਹੇ ਹੋ, ਸੋ ਇਹ ਸਵਾਲ ਨੇ ਜਿਹਨਾਂ ਤੋਂ ਭੱਜਣਾ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ, ਇਹਨਾਂ ਦੇ ਜਵਾਬ ਦੇਣੇ ਚਾਹੀਦੇ ਨੇ, ਠੋਕ ਵਜਾ ਕੇ ਜਿਹੜਾ ਆ ਜਿਹੜੇ ਕੱਟੜ ਇਮਾਨਦਾਰੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਦੇ ਉੱਤੇ ਵੀ ਪਹਿਰਾ ਦੇਣਾ ਚਾਹੀਦਾ, ਕਿਉਂਕਿ ਲੋਕਾਂ ਨੇ ਬਾਕੀ ਪਾਰਟੀਆਂ ਦੀ ਇਹੀ ਹਰਕਤਾਂ ਤੋਂ ਦੁਖੀ ਹੋ ਕੇ ਤੁਹਾਨੂੰ ਚੁਣਿਆ ਸੀਗਾ। ਸੋ ਮੁੱਦੇ ਬਹੁਤ ਲੰਬੇ ਨੇ ਗਗਨ, ਜੇ ਆਪਾਂ ਗੱਲ ਕਰਨ ਲੱਗ ਜਾਈਏ ਇਹਦੇ ਵਿੱਚ ਗੋਲਡੀ ਬਰਾੜ ਦਾ ਵੀ ਮੁੱਦਾ ਆ ਜਾਏਗਾ ਕਿ ਹਾਂ ਕਿਹਾ ਗਿਆ ਸੀ ਕਿ ਗੁਜਰਾਤ ਵਿੱਚ ਬੈਠ ਕੇ ਗਿਆ ਸੀ, ਡਿਟੇਨ ਕਰ ਲਿਆ, ਸੋ ਡਿਟੇਨ ਕਰ ਲਿਆ, ਅੱਜ ਤੱਕ ਹੱਥ ਨਹੀਂ ਆਇਆ। ਉਲਟਾ ਲਾਰੈਂਸ ਬਿਸ਼ਨੋਈ ਨੇ ਇੰਟਰਵਿਊ ਦੇ ਦਿੱਤੇ, ਉਹ ਵੀ ਮਾਮਲਾ ਜਿਹੜਾ ਹਜੇ ਲਟਕੀ ਜਾਂਦਾ, ਉਹਦੀ ਵੀ ਹਜੇ ਰਿਪੋਰਟ ਕੋਈ ਜਨਤਕ ਹੋਈ ਨਹੀਂ ਹੈਗੀ, ਨਾ ਰਿਪੋਰਟ ਕੋਈ ਦਿੱਤੀ ਜਾ ਰਹੀ ਹੈ ਇਹਨਾਂ ਤੋਂ, 3 ਮਹੀਨੇ ਦਾ ਹੋਰ ਸਮਾਂ ਮੰਗਿਆ ਗਿਆ, ਤੇ ਖੜ ਕੇ ਕਹਿ ਦਿੰਦੇ ਨੇ ਕਿ ਗੋਲੀਆਂ ਦੇ ਖੜਾਕ ਬੰਦ ਹੋ ਗਏ, ਤੇ ਗੋਲੀਆਂ ਦੇ ਖੜਾਕ ਸੁਣ ਜਾਂਦੇ ਨੇ ਜਿਸ ਵੇਲੇ ਬਿਆਨ ਦਿੱਤਾ ਗਿਆ। ਤਾਜ਼ੀ ਉਦਾਹਰਨ ਹੈ, ਤਾਜ਼ੀ ਉਦਾਹਰਨ ਅੰਮ੍ਰਿਤਪਾਲ ਸਿੰਘ ਸੀਏ ਸਟਾਫ ਵਾਲਾ ਜਿਹੜਾ ਲੜਕਾ ਹੈ, ਕੱਲ ਉਹ ਵੀ ਛੱਡੋ, ਤੇ ਜਿਸ ਦਿਨ ਇਹਨਾਂ ਦਾ ਇੱਕ ਗੱਲ ਕਹੀ ਇਹਨਾਂ ਨੇ ਕਿ ਗੋਲੀਆਂ ਦੇ ਖੜਾਕ ਬੰਦ ਹੋ ਗਏ, ਉਸੇ ਦਿਨ ਇਹਨਾਂ ਦੇ ਆਗੂ ਦੇ ਉੱਤੇ ਜਾਂਦੇ ਵੇਲੇ ਗੋਲੀਆਂ ਚੱਲੀਆਂ ਸੀ ਗੱਡੀ ਦੇ ਵਿੱਚ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਗੁਰਪ੍ਰੀਤ ਪਤਾ ਨਹੀਂ ਕੀ ਸੀਗਾ, ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ, ਪਠਾਨਕੋਟ 'ਚ NRI ਦੇ ਉੱਤੇ ਗੋਲੀਆਂ ਚੱਲੀਆਂ। ਸੋ ਇਹ ਕਹਿਣ ਦੀਆਂ ਗੱਲਾਂ ਨੇ, ਜੇਕਰ ਵਿਰੋਧੀ ਧਿਰ ਇੱਦਾਂ ਦੇ ਕੋਈ ਮੁੱਦੇ ਚੱਕਦੀ ਹੈ, ਮੈਨੂੰ ਲੱਗਦਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ, ਅਤੇ ਉਸਦੀ ਰਿਪੋਰਟ ਜਿਹੜੀ ਆ ਉਹ ਜਨਤਕ ਕਰਨੀ ਚਾਹੀਦੀ ਹੈ, ਅਤੇ ਲੋਕਾਂ ਨੂੰ ਅੱਗੇ ਦੱਸਣਾ ਚਾਹੀਦਾ, ਕਿਉਂਕਿ ਇਹ ਉਹ ਪਾਰਟੀ ਹੈ ਜਿਹਨੇ ਲੋਕਾਂ ਦੀ ਰਾਏ ਦੇ ਨਾਲ ਚੀਜ਼ਾਂ ਕੀਤੀਆਂ ਸੀਗੀਆਂ। ਤੁਸੀਂ ਇਹ ਦੇਖੋ ਕਿ ਕਈ ਵਾਰ ਤਾਂ
ਫੋਨ ਆਉਂਦਾ ਸੀਗਾ ਤੁਸੀਂ ਕਿਹਨੂੰ ਮੁੱਖ ਮੰਤਰੀ ਚੁਣਨਾ ਚਾਹੁੰਦੇ ਹੋ, ਇੱਕ ਦੋ ਚਲਾ, ਦੋ ਦੱਬੋ, ਤਿੰਨ ਦੱਬੋ, ਚਾਰ ਦੱਬੋ, ਫਿਰ ਤੁਸੀਂ ਦੱਬਦੇ ਹੁੰਦੇ ਸੀਗੇ। ਉਸ ਤੋਂ ਬਾਅਦ ਦੇਖੋ ਫਿਰ ਮੈਨੀਫੈਸਟੋ ਚ ਕੀ ਚੀਜ਼ ਐਡ ਕਰੀਏ, ਸਾਨੂੰ ਪੰਜਾਬ ਦੇ ਲੋਕ ਦੱਸਣ, ਵਪਾਰੀਆਂ ਨਾਲ ਮਿਲਣੀਆਂ ਕੀਤੀਆਂ, ਲੋਕਾਂ ਨਾਲ ਮਿਲਣੀਆਂ ਕੀਤੀਆਂ, ਜਿਹੜੇ ਟੀਚਰ ਚੜੇ ਹੋ ਸੀ ਟੈਂਕੀਆਂ ਤੇ ਉਹਨਾਂ ਨਾਲ ਮਿਲਣੀਆਂ ਕੀਤੀਆਂ, ਫਿਰ ਸਾਰਿਆਂ ਨਾਲ ਵਾਅਦੇ ਕੀਤੇ, ਲੋਕਾਂ ਦੀ ਰਾਏ ਨਾਲ ਹੀ ਕੰਮ ਕੀਤਾ ਨਾ, ਤੇ ਲੋਕ ਤੁਹਾਡੇ ਕੋਲ ਉਹੀ ਉਮੀਦ ਰੱਖ ਵੀ ਰਹੇ ਨੇ। ਤੁਸੀਂ ਇਹ ਦੇਖੋ ਕਿ ਇੱਕ ਮੰਤਰੀ ਦੇ ਲਈ ਗੱਲ ਚਲਾਈ ਸੀ ਇਹਨਾਂ ਨੇ, ਸਾਬਕਾ ਮੰਤਰੀ ਦੇ ਲਈ, ਕਿ ਇਹਦੇ ਘਰੋਂ ਤਾਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ ਜੀ। ਸੋ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ, ਇਹਦਾ ਮਤਲਬ ਇਹ ਹੈ ਕਿ ਨੋਟ ਬਹੁਤ ਆਏ ਸੀਗੇ ਜੀ, ਬਿਲਕੁਲ। ਤੇ ਅੱਜ ਉਹ ਮੰਤਰੀ ਕਿੱਥੇ ਹੈ, ਕਿੰਨਾ ਪੈਸਾ ਤੁਸੀਂ ਰਿਕਵਰ ਕਰ ਲਿਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਖਾਇਆ ਸੀਗਾ, ਕਿੰਨਾ ਤੁਸੀਂ ਰਿਕਵਰ ਕਰ ਲਿਆ, ਕਿੰਨਾ ਤੁਹਾਨੂੰ ਕੋਲ ਆ ਗਿਆ, ਕਿੰਨਾ ਤੁਸੀਂ ਦੇਣਾ ਹੈ, ਇਹ ਵੀ ਰਿਪੋਰਟ ਜਨਤਕ ਕਰੋ, ਜਨਤਕ ਤੈਅ ਕਰਨ ਜੇ ਕੁਛ ਰਿਕਵਰ ਕਰਨ ਜੀ, ਬਿਲਕੁਲ। ਸੋ ਮਾਮਲੇ ਬਹੁਤ ਸਾਰੇ ਨੇ ਜਿਹੜੇ ਸਿਰਫ ਤੀਲੀ ਲਾ ਕੇ ਛੱਡ ਦਿੱਤੇ ਜਾਂਦੇ ਨੇ, ਨਾ ਤਾਂ ਉਹਦੇ ਵਿੱਚ ਘੇ ਪਾ ਕੇ ਉਹਨੂੰ ਪਖਾਇਆ ਜਾ ਰਿਹਾ ਜੀ, ਤੇ ਨਾ ਉਹਦੇ ਉੱਤੇ ਜਿਹੜਾ ਉਹ ਐਕਸਟੈਂਸ਼ਨ ਮਾਰ ਕੇ ਜਿਹੜਾ ਉਹਨੂੰ ਹਨਾ ਫਾਇਰ ਵਾਲਾ ਬੁਝਾਇਆ ਜਾ ਰਿਹਾ, ਉਹ ਐਂ ਚੱਲੇ ਨੇ। ਲੋਕ ਦੋ ਚਾਰ ਦਿਨ ਵਾਹ 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 ਕਰਦੇ ਨੇ ਤੇ ਲੋਕ ਉਸ ਤੋਂ ਬਾਅਦ ਭੁੱਲ ਜਾਂਦੇ ਨੇ। ਹਾਲਾਂਕਿ ਤੁਸੀਂ ਇਹ ਦੇਖੋ ਕਿ ਜਿਹੜੇ ਆਪਾਂ ਪਹਿਲਾਂ ਵੀ ਪਿਛਲੇ ਐਪੀਸੋਡ 'ਚ ਵੀ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇੱਕ ਚੀਜ਼ ਦਾ ਕਲੇਮ ਕਰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਸਿਆਸਤਦਾਨਾਂ ਤੋਂ ਸਵਾਲ ਕਰਨੇ ਮੈਂ ਸਿਖਾਏ ਨੇ, ਤੇ ਹੁਣ ਪਿਛਲੇ ਦਿਨਾਂ ਤੋਂ ਚੱਲ ਕੀ ਰਿਹਾ, ਸਵਾਲਾਂ ਤੋਂ ਬਿਲਕੁਲ ਤੁਸੀਂ ਸਵਾਲਾਂ ਤੋਂ ਭੱਜ ਰਹੇ ਨੇ। ਤੁਸੀਂ ਦੇਖੋ ਕਿ ਇੱਕ ਪਹਿਲਾਂ ਇੱਕ ਮੰਤਰੀ ਤੋਂ ਪੁੱਛਿਆ ਗਿਆ ਇੱਧਰ ਵਾਲੇ ਚਰਨਜੀਤ ਚੰਨੀ ਤੋਂ, ਜਿਹੜੇ ਚਮਕੌਰ ਸਾਹਿਬ ਤੋਂ ਵਿਧਾਇਕ ਨੇ ਹਨਾ, ਤੇ ਉਹਨਾਂ ਨੂੰ ਸਵਾਲ ਪੁੱਛਿਆ ਕਿਸੇ ਨੇ, ਉਹ ਤੱਤੇ ਹੋ ਗਏ ਜੀ। ਇਸ ਤੋਂ ਪਹਿਲਾਂ ਫਿਰੋਜ਼ਪੁਰ ਵਾਲੇ ਵਿਧਾਇਕ ਆ ਗਏ ਸੀਗੇ, ਫਿਰ ਪਠਾਨ ਮਾਜਰਾ ਹੋਰੀ ਤਾਂ ਸਿੱਧੀ ਧਮਕੀ ਦੇ ਗਏ ਸੀ ਪੱਤਰਕਾਰ ਨੂੰ, ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਅੱਜ ਦੀ ਤਾਜ਼ਾ ਹੈ, ਅੱਜ ਜੋੜਾ ਮਾਜਰਾ ਜੀ ਨੂੰ ਵੀ ਸਵਾਲ ਕੀਤੇ ਗਏ ਨੇ, ਤੇ ਉਹਨਾਂ ਵੱਲੋਂ ਵੀ ਕੁਝ ਅਜਿਹੇ ਹੀ ਤੱਤੇ ਬਿਆਨ, ਜਿਹੜੇ ਤੱਤੇ ਅੱਗੋਂ ਸਵਾਲ ਕੀ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਕਿ ਆਪਣੇ ਜਿਹੜੇ ਸੰਤੁਸ਼ਟੀ ਵਾਲੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਉਹਨਾਂ ਨੂੰ, ਕਿਤੇ ਨਾ ਕਿਤੇ ਭੱਜਦੇ ਨਜ਼ਰ ਆਏ ਨੇ ਅੱਜ ਦੀ ਤਾਜ਼ਾ ਹੈ। ਤੇ ਉਸ ਤੋਂ ਬਾਅਦ ਇੱਧਰਲੇ ਪਾਸੇ ਆ ਜਾਓ, ਮੈਂ ਜਵਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਰਵੱਈਆ ਬਦਲ, ਰਵੱਈਆ ਬਦਲ ਗਿਆ। ਤੇ ਇੱਧਰਲੇ ਪਾਸੇ ਇੱਕ ਮੁਸਾਫਰ MLA ਨੇ ਜੀ, ਉਹਨਾਂ ਨੇ ਤਾਂ ਕਿਸਾਨ ਨੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਗੰਦ ਪਾਉਣ ਆ ਜਾਂਦੇ ਨੇ, ਕੱਢੋ ਬਾਹਰ, ਇਹਨੂੰ ਬਾਹਰ ਸੁੱਟੋ ਚੱਕ ਕੇ। ਸੋ ਜਦੋਂ ਵੋਟਾਂ ਮੰਗਣ ਜਾਂਦੇ ਆ ਤਾਂ ਜਿਹੜੇ ਰਵੱਈਏ ਨਾਲ ਕਿ ਅਸੀਂ ਆਮ ਘਰਾਂ ਦੇ ਮੁੰਡੇ ਹਾਂ, ਆ ਤੁਹਾਡੇ ਵਿੱਚੋਂ ਨਿਕਲੇ ਹਾਂ, ਅਤੇ ਫਿਰ ਤੁਹਾਡੇ ਵਿੱਚੋਂ ਨਿਕਲੇ ਲੋਕ ਜਦੋਂ ਤੁਹਾਨੂੰ ਸਵਾਲ ਪੁੱਛਦੇ ਨੇ, ਫਿਰ ਤੁਹਾਡੀ ਜ਼ੁਬਾਨ ਕਿਉਂ ਬਦਲ ਜਾਂਦੀ ਹੈ? ਸੋ ਇਹ ਵੀ ਵੱਡੇ ਸਵਾਲ ਨੇ ਕਿ ਜਿਹੜੀ ਚੀਜ਼ ਨੂੰ ਤੁਸੀਂ ਕਲੇਮ ਕਰ ਰਹੇ ਹੋ ਤੁਸੀਂ ਉਹਦੇ 'ਤੇ ਤਾਂ ਖੜੋ। ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੀ ਵੀ ਕਲਾਸ ਲਗਾਉਣੀ ਚਾਹੀਦੀ ਹੈ ਨਾ ਕਿ ਭਾਈ ਤੁਸੀਂ ਕਿਹ ਰਵੱਈਆ ਕਰ ਰਹੇ ਹੋ, ਤੁਸੀਂ ਅੱਜ ਕਰ ਰਹੇ ਹੋ, ਤੁਸੀਂ ਇਹ ਨਾ ਭੁੱਲੋ ਕਿ 3 ਸਾਲ ਬਾਅਦ ਤੁਸੀਂ ਉਹਨਾਂ ਦੇ ਕੋਲ ਹੀ ਜਾਓਗੇ। ਪਰ ਵਿਵੇਕ ਇੱਥੇ ਗੱਲ ਜਿਵੇਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਮਾਨ ਸਾਹਿਬ ਨੂੰ ਸਵਾਲ ਕਰਨੇ ਚਾਹੀਦੇ, ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਦੋਂ ਸਰਕਾਰ ਬਣੇਗੀ ਨਾ ਤਾਂ ਪੱਗ ਲੱਥੇਗੀ ਨਾ ਚੁੰਨੀ, ਕਿਸੇ ਨੂੰ ਧਰਨੇ 'ਤੇ ਬੈਠਣ ਦੀ ਜ਼ਰੂਰਤ ਨਹੀਂ ਪਵੇਗੀ। ਅਤੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਗੱਲ ਕਰੋ ਕਿ ਧੂਰੀ ਇਲਾਕੇ ਦੇ ਵਿੱਚ ਹੀ ਟੈਂਕੀਆਂ 'ਤੇ ਚੜੇ ਬੈਠੇ ਨੇ ਅਧਿਆਪਕ ਅੱਜ ਦੀ ਡੇਟ ਦੇ ਵਿੱਚ ਵੀ। ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਬੀਤੇ ਕੁ ਦਿਨ ਇਹਨਾਂ ਇੱਕ ਜਥੇਬੰਦੀ ਇੱਥੇ ਚੰਡੀਗੜ੍ਹ ਆਈ ਸੀਗੀ, ਮੈਂ ਪਿਛਲੇ ਐਪੀਸੋਡ 'ਚ ਵੀ ਉਹ ਗੱਲ ਕੀਤੀ ਸੀਗੀ, ਅਤੇ ਉਹਨਾਂ ਦੇ ਨਾਲ ਮੈਂ ਮੁਲਾਕਾਤ ਕੀਤੀ ਇੱਕ ਵਾਰ ਜਾ ਕੇ ਹੈ ਨਾ, ਅਤੇ ਉਹ ਕਹਿੰਦੇ ਕਿ ਅਸੀਂ ਪਹਿਲਾਂ ਹੀ ਸਰਕਾਰ ਨੂੰ ਅਵੇਅਰ ਕੀਤਾ ਸੀਗਾ ਕਿ ਜਿਹੜੀਆਂ ਤੁਸੀਂ ਨੌਕਰੀਆਂ ਦੇਣ ਦੀ ਸਾਡੇ ਨਾਲ ਗੱਲ ਕਰ ਰਹੇ ਹੋ, ਇਹ ਨੌਕਰੀਆਂ ਦੇ ਵਿੱਚ ਹਾਈਕੋਰਟ ਆ ਕੇ ਅੱਗਿਓਂ ਟੰਗ ਫਸਾ ਸਕਦੀ ਹੈ ਕਿਉਂਕਿ ਮੁੱਦਾ ਸਬ ਜੁਡੀਸ਼ੀਅਸ ਹੈ। ਤੇ ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ, ਅਸੀਂ ਕਾਗਜ਼ ਕਲੀਅਰ ਕਰਾ ਰਹੇ, ਅਸੀਂ ਇਹ ਕਰਾ ਲਿਆ, ਅਸੀਂ ਉਹ ਕਰਾ ਲਿਆ, ਕਹਿੰਦੇ ਫਿਰ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ, ਬਹੁਤ ਤਗੜਾ ਸਮਾਗਮ ਕੀਤਾ ਗਿਆ, ਲਾਈਵ ਚਲਾਇਆ ਗਿਆ, ਚੈਨਲਾਂ ਦੇ ਉੱਤੇ ਲਾਈਵ ਚੱਲਿਆ, ਕਹਿੰਦੇ ਨਿਯੁਕਤੀ ਪੱਤਰ ਮਿਲ ਗਏ। ਉਸ ਤੋਂ ਬਾਅਦ 7-8 ਮਹੀਨੇ ਹੋ ਗਏ ਸਾਡੀ ਜੁਆਇਨਿੰਗ ਹੀ ਨਹੀਂ ਹੋਈ, ਕਿਉਂ? ਕਿਉਂਕਿ ਹਾਈਕੋਰਟ ਨੇ ਸਟੇ ਲਾਤੀ ਜੀ, ਬਿਲਕੁਲ। ਤੇ ਕਹਿੰਦੇ ਹੁਣ ਸਾਡੇ ਕੋਲ ਅਸੀਂ ਨਿਯੁਕਤੀ ਪੱਤਰ ਲੈ ਕੇ ਕੀ ਕਰਨਾ ਹੈ? ਤੇ ਕਹਿੰਦੇ ਜਾਂ ਤਾਂ ਫਿਰ ਦੋ ਕੰਮ ਕਰੇ ਸਰਕਾਰ, ਜਾਂ ਤਾਂ ਜਿਹੜੇ ਅੰਕੜੇ ਦਿਖਾ ਰਹੀ ਹੈ ਸਾਨੂੰ ਮਿਲਾ ਕੇ 1100 ਕੁਛ ਅਧਿਆਪਕ ਨੇ ਉਹ, ਤੇ ਉਹਨਾਂ ਦੀ ਜਥੇਬੰਦੀ ਦਾ ਨਾਮ ਵੀ ਕੁਛ ਇੱਦਾਂ ਹੀ ਹੈ। ਤੇ ਕਹਿੰਦੇ 1159 ਕਰਕੇ, ਹਾਂ, ਤੇ ਕਹਿੰਦੇ ਜਾਂ ਤਾਂ ਫਿਰ 1159 ਤੁਸੀਂ ਜਿਹੜਾ ਨੌਕਰੀਆਂ ਦੇ ਵਿੱਚ ਐਡ ਕੀਤਾ ਕਿ ਅਸੀਂ 1000 ਲੋਕਾਂ ਨੂੰ ਨੌਕਰੀਆਂ ਦੇਤੀਆਂ, ਤੇ ਕਹਿੰਦੇ ਫਿਰ ਜਾਂ ਤਾਂ 1159 ਕਰ ਦੋ ਵਾ।
ਕਿਹਾ ਬੰਦਿਆਂ ਨੂੰ ਨਿਯੁਕਤੀ ਪੱਤਰ ਦਿੱਤਾ ਸੀ ਪਰ ਨੌਕਰੀ ਨਹੀਂ ਮਿਲੀ ਹਜੇ ਤੱਕ। ਕਹਿੰਦੇ ਜਾਂ ਤਾਂ ਕੱਢ ਦਿਓ ਬਾਹਰ, ਜਾਂ ਤਾਂ ਫਿਰ ਆ ਕੇ ਐਕਸੈਪਟ ਕਰੋ ਕਿ ਅਸੀਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ, ਆਹ ਤਰੀਕ ਹੈ ਜਾ ਕੇ ਕੰਮ ਜੁਆਇਨ ਕਰ ਲੈਣਗੇ। ਕਹਿੰਦੇ ਦੋਨਾਂ 'ਚੋਂ ਕੋਈ ਇੱਕ ਕੰਮ ਕਰ ਲਓ, ਅਸੀਂ ਟੈਂਕੀਆਂ 'ਚ ਉੱਤਰ ਆਵਾਂਗੇ। ਸੋ ਵੀ ਕੰਮ ਨਹੀਂ ਹੋ ਰਿਹਾ। ਤੁਸੀਂ ਇਹ ਦੇਖੋ ਕਿ ਅੰਮ੍ਰਿਤਸਰ ਇੱਧਰ ਮਾਫ਼ ਕਰਨਾ ਅਨੰਦਪੁਰ ਸਾਹਿਬ ਦੇ ਵਿੱਚ ਅਤੇ ਇੱਧਰਲੇ ਪਾਸੇ ਜਿਹੜਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨੇ ਲੱਗੇ ਹੋਏ ਨੇ। ਤੁਸੀਂ ਵੀ ਦੇਖੋ ਕਿ ਜਦੋਂ ਉੱਥੇ ਪਟਵਾਰੀ ਕੋਈ ਹੋਰ ਜਾ ਕੇ ਧਰਨਾ ਪ੍ਰਦਰਸ਼ਨ ਕਰਦਾ ਤਾਂ ਸਭ ਕੁਝ ਚੱਲ ਰਿਹਾ ਹੈ। ਇਹ ਕਹਿਣ ਅਤੇ ਕਥਨੀ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਉਹ ਵੱਖਰੀਆਂ ਹੁੰਦੀਆਂ ਨੇ, ਉਹ ਹੋ ਰਹੀਆਂ ਨੇ। ਹਾਲਾਂਕਿ ਹੁਣ ਚੱਬੇਵਾਲ ਦੀ ਗੱਲ ਕਰ ਰਹੇ ਸੀ, ਚੱਬੇਵਾਲ ਸਾਹਿਬ ਹੋਰਾਂ ਨੇ ਇਹ ਵੀ ਕਿਹਾ ਸੀਗਾ ਕਿ 2 ਸਾਲ ਤਾਂ ਬਹੁਤ ਥੋੜ੍ਹੇ ਹੁੰਦੇ ਨੇ, ਇਹ ਨਹੀਂ ਹੈ ਕਿ ਕੰਮ ਨਹੀਂ ਹੋਇਆ, ਕੰਮ ਹੋਇਆ। ਅਤੇ ਕਹਿੰਦੇ ਅਗਲੇ 3 ਸਾਲਾਂ 'ਚ ਹੋਰ ਰਫ਼ਤਾਰ ਨਾਲ ਕੰਮ ਹੋਏਗਾ। ਉਮੀਦ ਕਰਦੇ ਹਾਂ ਕਿ ਅਗਲੇ 3 ਸਾਲ ਹੋਰ ਰਫ਼ਤਾਰ ਨਾਲ ਆਉਣ ਅਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ, ਜਿਹੜੇ ਰੰਗਲੇ ਪੰਜਾਬ ਦਾ ਸੁਪਨਾ ਲੋਕਾਂ ਨੂੰ ਦਿਖਾਇਆ ਗਿਆ ਉਹ ਜ਼ਰੂਰ ਪੂਰਾ ਹੋਵੇ। ਨਾ ਤਾਂ ਇੱਥੇ ਬਦਮਾਸ਼ੀ ਹੋਵੇ ਕਿਸੇ ਨਾਲ, ਨਾ ਲੋਕਾਂ ਨਾਲ, ਨਾ ਕਿਸੇ ਹੋਰ ਨਾਲ, ਅਤੇ ਪੱਤਰਕਾਰਾਂ ਨਾਲ ਤਾਂ ਮੈਂ ਕਹਿੰਦਾ ਬਿਲਕੁਲ ਹੀ ਨਹੀਂ, ਕਿਉਂਕਿ ਸਾਡਾ ਵੀ ਇੱਕ ਧਰਮ ਹੈ, ਸਾਡਾ ਵੀ ਇੱਕ ਕੀਤਾ ਹੈ, ਅਤੇ ਜੇ ਅਸੀਂ ਸਵਾਲ ਪੁੱਛਣੇ ਅਤੇ ਅਸੀਂ ਪੁੱਛਣੇ ਨੇ, ਉਹ ਸਾਡਾ ਹੱਕ ਹੈ ਸਵਾਲ ਪੁੱਛਣਾ। ਅਤੇ ਉਹ ਸਵਾਲ ਕੋਈ ਸਾਡੇ ਆਪਣੇ ਨਿੱਜੀ ਨਹੀਂ ਹੁੰਦੇ, ਉਹ ਲੋਕਾਂ ਦੇ ਦਿਲ ਦਿਮਾਗ 'ਚ ਜੋ ਚੱਲ ਰਹੇ ਹੁੰਦੇ ਨੇ ਉਹੀ ਹੁੰਦੇ ਨੇ। ਅਤੇ ਉਹ ਘਰ ਵਾਪਸੀਆਂ ਦਾ ਦੌਰ, ਤਿਤਲੀਆਂ ਵਾਲਾ ਦੌਰ, ਇਹ ਸਭ ਚੱਲਦਾ ਰਹਿਣਾ। ਪਰ ਜੋ ਇਲਜ਼ਾਮ ਲਗਾਏ ਜਾਂਦੇ ਨੇ, ਚਾਹੇ ਉਹ ਮੁੱਖ ਮੰਤਰੀ ਹੋਰਾਂ ਨੇ ਲਗਾਏ ਨੇ, ਅਕਾਲੀ ਦਲ ਦੇ ਉੱਤੇ, ਕਾਂਗਰਸ ਦੇ ਉੱਤੇ, ਮੈਂ ਇੱਕ ਬੀਤੇ ਦਿਨੀ ਸਪੀਚ ਸੁਣ ਰਿਹਾ ਸੀਗਾ ਜਦੋਂ ਖੜਕੜ ਕਲਾਂ ਗਏ ਸੀਗੇ ਮੁੱਖ ਮੰਤਰੀ ਸਾਹਿਬ, ਕਹਿੰਦੇ ਤੁਸੀਂ ਨੀਚੇ ਕੰਮ ਸਾਂਭੀ ਰੱਖੋ, ਉੱਤੋਂ ਮੈਂ ਇਹਨਾਂ ਨੂੰ ਕਬੱਡੀ ਪਾਈ ਹੋਈ ਹੈ। ਅਤੇ ਕਹਿੰਦੇ ਮੈਂ ਤਾਂ ਹਜੇ ਥੋੜ੍ਹਾ ਜਿਹਾ ਇਹ ਕਹਿੰਦਾ ਕਿ ਤੇਰੀ ਫਲਾਨੀ ਫਾਈਲ ਆਈ ਹੋਈ ਹੈ, ਤਾਂ ਕਹਿੰਦੇ ਬੰਦਾ ਟੇਕ ਕੇ ਬਹਿ ਜਾਂਦਾ। ਅਤੇ ਇਸ ਬਿਆਨ ਦੇ ਅਸੀਂ ਕੀ ਮਾਇਨੇ ਕੱਢੀਏ ਕਿ ਸਿਰਫ ਤੁਸੀਂ ਡਰਾਵੇ ਦੇ ਲਈ ਬੋਲ ਰਹੇ ਹੋ ਕਿ ਤੁਹਾਡੀ ਇਹ ਫਾਈਲ ਚੱਕੀ ਹੋਈ ਹੈ, ਤੁਸੀਂ ਟੇਕ ਜੋ, ਤੁਹਾਡੀ ਇਹ ਫਾਈਲ ਸਾਡੇ ਕੋਲ ਪਹੁੰਚ ਗਈ, ਤਾਂ ਕਹਿੰਦੇ ਬੰਦਾ ਠੇਕ ਕੇ ਬਹਿ ਜਾਂਦਾ। ਇਹਦਾ ਮਤਲਬ ਤੁਹਾਡੀ ਨੀਤ ਨਹੀਂ ਹੈ ਫਿਰ ਕਾਰਵਾਈ ਕਰਨ ਦੀ, ਸਿਰਫ ਤੁਸੀਂ ਡਰਾਵੇ ਦੇ ਲਈ ਰੱਖਿਆ ਹੋਇਆ। ਫਿਰ ਤਾਂ ਮੈਂ ਉਹੀ ਕਹੂੰਗਾ ਕਿ ਜੋ ਆਪਾਂ ਜਿਹੜੀ ਸਰਕਾਰ ਨੂੰ ਭੰਡਦੇ ਹਾਂ ਕਿ ED CBI ਇਹਨਾਂ ਦਾ ਇਸਤੇਮਾਲ ਕਰਦੀ ਹੈ, ਕਿਤੇ ਨਾ ਕਿਤੇ ਉਹ ਰਾਹਾਂ 'ਤੇ ਤਾਂ ਅਸੀਂ ਵੀ ਤੁਰੇ ਹੋਵਾਂ। ਬਿਲਕੁਲ ਇਸੇ ਗੱਲ 'ਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਸੀ ਕਿ ਜੇਕਰ ਤੁਸੀਂ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋ ਜੀ, ED ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ, CBI ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ, ਜਾਂ CA ਸਟਾਫ ਦੀ, CIA ਦੀ, NIA ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ, ਤਾਂ ਤੁਸੀਂ ਵੀ ਪੰਜਾਬ ਦੇ ਵਿੱਚ ਉਹੀ ਕੁਝ ਕਰੋ। ਇਹ ਸੁਖਪਾਲ ਸਿੰਘ ਖਹਿਰਾ ਨੇ ਬਾਕਾਇਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀਡੀਓ ਪਾ ਕੇ ਗੱਲ ਕਹੀ ਹੈ। ਬਿਲਕੁਲ 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 ਦੇਖੋ, ਜਿਹੜੀਆਂ ਏਜੰਸੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਏਜੰਸੀਆਂ ਬੇਸਿਕਲੀ ਇੰਡੀਪੈਂਡੈਂਟ ਕੰਮ ਕਰਨ ਦੇ ਲਈ ਬਣਾਈਆਂ ਗਈਆਂ ਸੀ, ਪਰ ਕਿਤੇ ਨਾ ਕਿਤੇ ਗਗਨ ਇਹ ਸਰਕਾਰਾਂ ਦੇ ਹੱਥ ਦੀਆਂ ਕਟਪੁਤਲੀਆਂ ਬਣ ਕੇ ਰਹਿ ਗਈਆਂ ਨੇ। ਤੁਸੀਂ ਇਹ ਵੀ ਦੇਖੋ ਕਿ ਬਹੁਤ ਸਾਰੇ ਹੁਣ ਇਲੈਕਟ੍ਰੋਲ ਬੋਂਡ ਦੀ ਗੱਲ ਚੱਲ ਰਹੀ ਹੈ, ਜਿਹੜੀਆਂ ਕੰਪਨੀਆਂ ਦੇ ਆਪ ਦੇ ਮੁਨਾਫੇ ਹੀ 10 ਕਰੋੜ ਰੁਪਇਆ ਨੇ, ਉਹ 100 ਕਰੋੜ 1000 ਕਰੋੜ ਰੁਪਇਆ ਦਾਨ ਕਰ ਰਹੇ ਨੇ। ਸੋ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਨਿਕਲ ਕੇ ਆਈਆਂ ਕਿ ਰੇਡਾਂ ਤੋਂ ਬਚਣ ਦੇ ਲਈ, ਜਾਂ ਫਿਰ ਜਿਨ੍ਹਾਂ ਤੋਂ ਰੇਡ ਪਈ ਹੈ, ਇਹ ਸਭ ਚੀਜ਼ਾਂ ਨੇ ਜਿਹੜੀਆਂ ਜਾਂਚ ਦੇ ਅਧੀਨ ਨੇ। ਪਰ ਜਾਂਚ ਜਿਨ੍ਹਾਂ ਨੇ ਕਰਨੀ ਹੈ, ਜੇਕਰ ਉਹੀ ਪਰਦੇ ਉਹਲੇ ਰਹਿ ਕੇ ਕੰਮ ਕਰਨਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਨਾਲ ਕਦੇ ਇਨਸਾਫ ਮਿਲੇਗਾ। ਤੁਸੀਂ ਆਪਾਂ ਹਰ ਪਾਸੇ ਕਹਿੰਦੇ ਕਿ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਆ, ਐਵੇਂ ਨਹੀਂ ਹੁਣ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾਂ ਫਿਰ ਲੋਕ ਆਮ ਹੋ ਕੇ ਗੱਲ ਕਰਦੇ ਨੇ, ਕਿਉਂਕਿ ਅਸੀਂ ਵੀ ਜਦੋਂ ਮਿਲਦੇ ਹਾਂ ਆਪਣੇ ਪੁਰਾਣੇ ਦੋਸਤਾਂ ਨੂੰ, ਪਿੰਡਾਂ 'ਚ ਜਾਂਦੇ ਹਾਂ, ਤਾਂ ਸਾਨੂੰ ਲੋਕ ਪੁੱਛਦੇ ਨੇ, ਇਹ ਸਾਰੇ ਇੱਕੋ ਹੀ ਨੇ ਨਾ ਜੀ। ਸੋ ਲੋਕ ਜਦੋਂ ਇਹ ਚੀਜ਼ਾਂ ਦੇਖਦੇ ਨੇ ਕਿ ਤੁਸੀਂ ਪੰਜਾਬ 'ਚ ਕਹਿ ਰਹੇ ਹੋ ਅਸੀਂ ਅਲੱਗ ਅਲੱਗ ਲੜਾਂਗੇ, ਸੈਂਟਰ 'ਚ ਤੁਸੀਂ ਗੱਠਜੋੜ ਕਰ ਲਿਆ ਹੈ ਨਾ, ਫਿਰ ਉਸੇ ਪਾਰਟੀ ਦੇ ਭੰਡਦੇ ਹਾਂ ਸਟੇਜ ਤੋਂ ਖੜ ਕੇ, ਫਿਰ ਉਸੇ ਪਾਰਟੀ ਦੇ ਬੰਦੇ ਵੀ ਸ਼ਾਮਿਲ ਕਰਾ ਰਹੇ ਹਾਂ, ਫਿਰ ਲੋਕ ਤਾਂ ਕਹਿਣਗੇ ਕਿ ਅੰਦਰ ਖਾਤੇ ਸਾਰੇ ਇੱਕ ਨੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਵਿਵੇਕ। ਇਹ ਸਨ ਵਿਵੇਕ, ਮੇਰੇ ਸਹਿਯੋਗੀ ਵਿਵੇਕ ਕੁਮਾਰ, ਜਿਨ੍ਹਾਂ ਨੇ ਅੱਜ ਬਿਕਰਮ ਮਜੀਠੀਆ ਦੇ ਵੱਲੋਂ ਕੀਤੇ ਖੁਲਾਸਿਆਂ ਦੇ ਉੱਤੇ ਚਾਨਣਾ ਪਾਇਆ। ਉੱਥੇ ਹੀ ਜਿਹੜੀ ਤੋੜ ਮਰੋੜ ਦੀ ਰਾਜਨੀਤੀ ਚੱਲਦੀ ਹੈ, ਜਾਂ ਤਿਤਲੀਆਂ ਵਾਲੇ ਬਿਆਨ ਨੇ, ਜਾਂ ਕਹਿਣੀ ਅਤੇ ਕਥਨੀ ਦੇ ਪੂਰੇ ਹੋਣ ਦੀ ਗੱਲ ਹੈ, ਉਹਦੇ 'ਤੇ ਬੜੇ ਵਿਸਥਾਰ ਪੂਰਵਕ ਜਿਹੜਾ ਚਾਨਣਾ ਪਾਇਆ ਹੈ। ਅਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਹੈ, ਚਰਚਾ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ। ਜੁੜੇ ਰਹਿਣਾ ਸਕਾਈ ਨਿਊਜ਼ ਪੰਜਾਬ ਦੇ ਨਾਲ।
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।